ਆਉਣ ਵਾਲੇ ਟਾਈਮ 'ਚ ਵੀ ਪਰਮਾਤਮਾ ਸਾਨੂੰ ਮੌਕਾ ਦੇ, ਵਾਰ ਵਾਰ ਅਸੀਂ ਇੱਦਾਂ ਸੈਲੀਬ੍ਰੇਟ ਕਰੀਏ ਕਿ ਜਿਸ ਸ਼ਰਧਾ ਨਾਲ ਤੁਸੀਂ ਆਏ ਹੋ ਪਰਮਾਤਮਾ ਤੁਹਾਡੀਆਂ ਉੱਦਾਂ ਹੀ ਝੋਲੀਆਂ ਭਰੇ, ਉੱਦਾਂ ਹੀ ਸੁੱਖ ਸ਼ਾਂਤੀ ਘਰ 'ਚ ਲਿਆਵੇ। ਡਿਵਾਈਨ ਗਰੁੱਪ ਖਰੜ ਵੱਲੋਂ ਸੈਕਟਰ 115 ਵਿਖੇ ਓਮ ਸਰਵਦੇਵਾ ਸ਼ਿਵ ਮੰਦਿਰ ਧਰਮਸ਼ਾਲਾ ਦਾ ਨਿਰਮਾਣ ਕਰਨ ਉਪਰੰਤ ਮੰਦਿਰ ਦੇ ਵਿੱਚ ਭਗਵਾਨ ਸ਼ਿਵ ਪਰਿਵਾਰ, ਸ਼੍ਰੀ ਰਾਮ ਪਰਿਵਾਰ, ਸ਼੍ਰੀ ਲਕਸ਼ਮੀ ਨਾਰਾਇਣ, ਸ਼੍ਰੀ ਰਾਧਾ ਕ੍ਰਿਸ਼ਨ, ਸ਼੍ਰੀ ਗਣੇਸ਼, ਸ਼੍ਰੀ ਹਨੂੰਮਾਨ ਅਤੇ ਮਾਂ ਦੁਰਗਾ ਜੀ ਦੀਆਂ ਮੂਰਤੀਆਂ ਪੰਡਿਤਾਂ ਵੱਲੋਂ ਮੰਤਰ ਉਚਾਰਨ ਅਤੇ ਪੂਜਾ ਰਚਨਾ ਉਪਰੰਤ ਮੰਦਿਰ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ। ਡਿਵਾਈਨ ਗਰੁੱਪ ਦੇ CMD ਓਮ ਪ੍ਰਕਾਸ਼ ਸਿੰਧ ਨੇ ਦੱਸਿਆ ਕਿ ਇਸ ਕਲੋਨੀ ਅਤੇ ਇਲਾਕੇ ਦੇ ਵਸਨੀਕਾਂ ਵੱਲੋਂ ਇੱਥੇ ਮੰਦਿਰ ਬਣਾਉਣ ਲਈ ਬੇਨਤੀ ਕੀਤੀ ਗਈ ਸੀ ਅਤੇ ਹੁਣ ਮੰਦਿਰ ਬਣ ਕੇ ਤਿਆਰ ਹੋ ਚੁੱਕਿਆ, ਜਿਸ ਦੇ ਚੱਲਦਿਆਂ ਮੂਰਤੀਆਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਨੇ। ਉਹਨਾਂ ਕਿਹਾ ਕਿ ਮੰਦਿਰ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਪੂਜਾ ਅਰਚਨਾ ਕੀਤੀ ਜਾ ਰਹੀ ਸੀ। ਇਸ ਮੌਕੇ ਜਗਮੋਹਨ ਗਰੁੱਪ ਹਿਮਾਚਲ ਵਾਲਿਆਂ ਵੱਲੋਂ ਸ਼ਰਧਾਲੂਆਂ ਨੂੰ ਭਜਨ ਦੁਆਰਾ ਨਿਹਾਲ ਕੀਤਾ ਗਿਆ ਅਤੇ ਨਾਲ ਹੀ ਇਸ ਮੌਕੇ ਪੰਡਿਤ ਜੀ ਦੁਆਰਾ ਸ਼੍ਰੀ ਮਦ ਭਾਗਵਤ ਕਥਾ ਵੀ ਕੀਤੀ ਗਈ। ਸਮਾਗਮ ਦੀ ਸਮਾਪਤੀ ਤੇ ਸ਼ਰਧਾਲੂਆਂ ਵਿਚਕਾਰ ਟੁੱਟ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਲਕਸ਼ ਦੀਪਕ ਪਾਟੀਆ, ਪ੍ਰਮੋਦ ਕੁਮਾਰ, ਗੋਪਾਲ ਧਰਮਪਾਲ, ਵਿਸ਼ਾਲ, ਮਹਿੰਦਰ ਖੁਰਾਣਾ ਤੇ ਰਜਨੀਸ਼ ਖੰਨਾ ਸਮੇਤ ਹੋਰ ਕਲੋਨੀ ਵਾਸੀ ਵੀ ਹਾਜ਼ਰ ਸਨ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਜਾਂ ਮੇਰੇ ਬੇਟੇ ਦੀ ਸ਼ਾਦੀ ਤੇ ਸੇਮ ਮੈਨੂੰ ਫੀਲ ਹੋ ਰਿਹਾ ਸੀਗਾ ਜਾਂ ਅੱਜ ਹੋ ਰਿਹਾ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਸੋ ਜਿੱਦਾਂ ਪੰਡਿਤ ਜੀ ਨੇ ਕਿਹਾ, ਆਪਾਂ ਇੱਕ ਪਰਿਵਾਰ ਹੈ। ਜਿੱਦਾਂ ਤੁਸੀਂ ਅੱਜ ਆਏ, ਕਿਸੇ ਨੂੰ ਕੋਈ ਇਨਕਨਵੀਨੀਅੰਸ ਹੋਈ ਹੋਏ, ਪ੍ਰੋਪਰ ਲੰਗਰ ਟਾਈਮ 'ਤੇ ਨਾ ਹੋਇਆ ਹੋਏ ਜਾਂ ਕੋਈ ਹੋਰ ਕੋਈ ਗੱਲ ਹੋਏ, ਤਾਂ ਕਾਇੰਡਲੀ ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ। ਈਵਨ ਦੈਨ ਫਿਰ ਵੀ ਕਿਤੇ ਜਾਣੇ ਅਣਜਾਣੇ 'ਚ ਹੋਏ ਤਾਂ ਕਾਇੰਡਲੀ ਉਸ ਨੂੰ ਭੁੱਲ ਜਾਣਾ। ਤੋ ਆਪਣਾ ਇੱਕ ਗਰੁੱਪ ਹੈ, ਆਪਣੇ ਪਰਿਵਾਰ ਹੈ, ਡਿਵਾਈਨ ਵਰਲਡ ਪਰਿਵਾਰ ਹੈ, ਫੇਸ 1, ਫੇਸ 2, ਫੇਸ 3 ਪਵੀਲੀਅਨ ਸਾਰਾ ਮੇਰਾ ਪਰਿਵਾਰ ਹੈ। ਸੋ ਪਰਿਵਾਰ ਦੇ ਵਿੱਚ ਜਿੱਦਾਂ ਪੰਡਿਤ ਜੀ ਕਹਿ ਰਹੇ ਸੀ, ਸਾਡੇ ਸਟਾਫ ਤੋਂ ਜਾਂ ਤੁਹਾਡੇ ਕਿਸੇ ਬੱਚੇ ਤੋਂ ਜਾਂ ਸਾਡੇ ਤੋਂ ਕੋਈ ਜਾਣੇ ਅਣਜਾਣੇ 'ਚ ਕੋਈ ਗਲਤੀ ਹੋ ਜਾਂਦੀ ਹੈ ਜਾਂ ਬੋਲਿਆ ਜਾਂਦਾ ਹੈ, ਤਾਂ ਕਾਇੰਡਲੀ ਉਸ ਨੂੰ ਮਨ 'ਚ ਨਾ ਰੱਖਣਾ। ਪਿਆਰ ਜਿੱਦਾਂ ਪੰਡਿਤ ਜੀ ਕਹਿੰਦੇ, ਆਪਣੇ ਤੋਂ ਆਪਣੇ ਹੁੰਦੇ ਆ, ਤੁਸੀਂ ਸਾਡੇ ਹੋ, ਅਸੀਂ ਤੁਹਾਡੇ ਆ, ਇਹ ਇੱਕ ਪਰਿਵਾਰ ਹੈ। ਸੋ ਆਪਾਂ ਪਰਿਵਾਰ ਬਣ ਕੇ ਰਹਿਣਾ ਹੈ। ਆਉਣ ਵਾਲੇ ਟਾਈਮ 'ਚ ਵੀ ਪਰਮਾਤਮਾ ਸਾਨੂੰ ਮੌਕਾ ਦੇ, ਵਾਰ ਵਾਰ ਅਸੀਂ ਇੱਦਾਂ ਸੈਲੀਬ੍ਰੇਟ ਕਰੀਏ, ਉਹਦਾ ਸਿਮਰਨ ਕਰੀਏ, ਹੋਰ ਵੀ ਇੱਕ ਦੂਸਰੇ ਦੀ ਆਪਾਂ ਖੁਸ਼ੀ ਦੇ ਵਿੱਚ ਸ਼ਰੀਕ ਹੋਈਏ, ਗਮੀ ਦੇ ਵਿੱਚ ਸ਼ਰੀਕ ਹੋਈਏ। ਸੋ ਇੰਨਾ ਕਹਿੰਦਾ ਹੋਇਆ, ਜਿਨ੍ਹਾਂ ਨੇ ਵੀ ਟਾਈਮ ਕੱਢਿਆ ਆਏ, ਸਾਰੀ ਕਮੇਟੀ, ਮੈਨੇਜਮੈਂਟ ਕਮੇਟੀ, ਜਿਨ੍ਹਾਂ ਨੇ ਸਾਰਾ ਪੇਨ ਲੈ ਕੇ ਸਾਰਾ ਕੰਮ ਸਿਰੇ ਚੜ੍ਹਾਇਆ, ਮੈਂ ਸਭ ਦਾ ਆਪਣੇ ਦਿਲੋਂ ਅਤੀ ਦਿਲੋਂ ਧੰਨਵਾਦ ਕਰਦਾ, ਵੈਲਕਮ ਕਰਦਾ। ਉਮੀਦ ਕਰਦਾ ਕਿ ਜਿਸ ਸ਼ਰਧਾ ਨਾਲ ਤੁਸੀਂ ਆਏ ਹੋ ਪਰਮਾਤਮਾ ਤੁਹਾਡੀਆਂ ਉੱਦਾਂ ਹੀ ਝੋਲੀਆਂ ਭਰੇ, ਉੱਦਾਂ ਹੀ ਸੁੱਖ ਸ਼ਾਂਤੀ ਘਰ 'ਚ ਲਿਆਵੇ। ਸੋ ਇੱਦਾਂ ਹੀ ਪਰਮਾਤਮਾ ਆਪਣੇ ਤੋਂ ਇਹੀ ਕਰਮ ਕਰਾਉਂਦਾ ਰਹੇ, ਆਪਾਂ ਕਰਦੇ ਰਹੀਏ। ਇਹਦੇ ਨਾਲ ਹੀ ਕਹਿੰਦਾ ਹੋਇਆ, ਮੈਂ ਸਭ ਤੋਂ ਇਜਾਜ਼ਤ ਲੈਂਦਾ। ਸੋ ਮੇਰੇ ਵੱਲੋਂ ਸਭ ਨੂੰ ਜੀ ਆਇਆ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਆਏ। ਹਾਂ, ਸੋ ਬਹੁਤ ਕੁਛ ਹੁੰਦਾ ਲਾਈਫ 'ਚ ਜੀ, ਤੁਸੀਂ ਸਾਡਾ ਮਾਣ ਰੱਖਿਆ। ਸੋ ਆਪਾਂ ਦਿਲੋਂ ਤੁਹਾਡੇ ਧੰਨਵਾਦੀ ਹਾਂ ਜੀ। ਸੋ ਐਸਾ ਸਮਾਰੋਹ, ਐਸਾ ਸੌਭਾਗ੍ਯ ਹਮ ਸਭ ਕੋ ਮਿਲਾ ਹੈ, ਕਿਉਂਕਿ ਕਹਾ ਹੈ, ਰਾਮਾਯ ਰਾਮ ਭਦ੍ਰਾਯ ਰਾਮ ਚੰਦ੍ਰਾਯ ਵੇਦਸੇ ਰਘੁਨਾਥਾਯ ਨਾਥਾਯ ਸੀਤਾਯਾ ਪਤਯੇ ਨਮਃ। ਭਗਵਾਨ ਰਾਮ ਆਪਕੇ ਹੈ, ਭਗਵਾਨ ਰਾਮ ਹਮ ਸਭਕੇ ਹੈ, ਭਗਵਾਨ ਰਾਮ ਹਿਰਦੇ ਹਿਰਦੇ ਮੇਂ ਬਸੇ ਹੋਏ ਹੈ। ਤੋ ਹਮਨੇ ਇਸ ਪਰਵ ਕੋ, ਇਸ ਪੁਣ੍ਯ, ਇਸ ਦਿਵਯ ਆਜ ਕੀ
ਇਸ ਤਾਰੀਖ ਕੋ ਬੜਾ ਭਵਯ ਉਤਸਵ ਮਨਾਨਾ ਹੈ। ਚੜ੍ਹਦੀ ਕਲਾ ਟਾਈਮ ਟੀਵੀ ਲਈ ਖਰੜ ਤੋਂ ਪੱਤਰਕਾਰ ਅਸ਼ਵਨੀ ਗੌੜ ਦੀ ਖਾਸ ਰਿਪੋਰਟ।